Thank you.
ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਫਿਰ ਤਾਂ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਣ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਏ ਅਰਜਨ ਹਰਗੋ ਬਿੰਦਨ ਰੋਗੋ ਸ੍ਰੀ ਹਰਗਾਏ ਸ੍ਰੀ ਹਰ ਕ੍ਰਿਸ਼ਨ ਜੀ ਕੀ ਆਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ ਦੀਦਾਰ ਦਾ ਧਿਆਨ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹਿ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਦੇ ਅਨੁਸਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਰ ਫਰਮਾਨ ਦਰਗਹਿ ਕਾ ਆਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਦਰ ਘਰ ਦੇ ਪੀਤਵਾਨ ਸਰਦਾਰ ਚਰਨ ਸਿੰਘ ਪਹਿਲਵਾਨ ਸੱਚੇ ਪਾਤਸ਼ਾਹ ਇਹਨਾਂ ਦਾ ਅਕਾਲ ਚਲਾਣਾ ਹੋਇਆ ਇਹਨਾਂ ਦੀ ਆਤਮਕ ਸੁੱਖ ਸ਼ਾਂਤੀ ਵਾਸਤੇ ਇਹਨਾਂ ਦੇ ਸਪੁੱਤਰ ਸਰਦਾਰ ਤਹਿਤ ਸਿੰਘ ਸਾਰੇ ਪਰਿਵਾਰ ਨੇ ਗੁਰੂ ਸਾਹਿਬ ਜੀ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਓਟ ਟਾਸਰਾ ਲਿਆ ਧੰਨ ਧੰਨ ਜੁਗੋ ਜੋਗ ਅਟਲ ਸਾਧੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਹਿਲਵਾਨ ਚਰਨ ਸਿੰਘ ਉਹਨਾਂ ਦੀ ਆਤਮਕ ਸੁੱਖ ਸ਼ਾਂਤੀ ਵਾਸਤੇ ਬਾਣੀ ਦੇ ਕੀਰਤਨ ਹੋਏ ਹਨ ਬਾਣੀ ਪੜ੍ਹਦੇ ਹਾਂ ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਸੇਵਾ ਕਰਦੇ ਹਾਂ ਅੱਖਰ ਦਾ ਵਾਧਾ ਘਾਟਾ ਖਿਮਾ ਕਰਨੀ ਸਮਾਧ ਬਖਸ਼ਿਸ਼ ਕਰਨੀ ਅੱਗੇ ਵਾਸਤੇ ਸੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦਾ ਮਨ ਬਖਸ਼ਿਸ਼ ਕਰਨਾ ਕੀ
ਇੱਧਰ ਦੇਖੋ ਬੱਚੇ ਇੱਧਰ ਦੇਖੋ ਭਾਅ ਜੀ ਤੁਸੀਂ ਸਿੰਘ ਮੇਰਾ ਨਾਂ ਹੈਗਾ ਅਤੇ ਚਰਨ ਸਿੰਘ ਮੇਰੇ ਪਿਤਾ ਸੀਗੇ ਅਤੇ ਪਿੰਡ ਦਲੇ ਜ਼ਿਲ੍ਹਾ ਲੁਧਿਆਣਾ ਤਹਿਸੀਲ ਗਿੱਲ ਦੇ ਵਾਸੀਆਂ ਹੀ ਰਹਿਣ ਵਾਲੇ ਹਾਂ ਦਲੇ ਪਿੰਡ ਦੇ ਜੋ ਕਿ ਮੇਰੇ ਪਿਤਾ ਚਰਨ ਸਿੰਘ ਪਹਿਲਵਾਨ ਅੱਜ ਉਹਨਾਂ ਦਾ 9 ਤਰੀਕ ਨੂੰ ਧਿਆਨ ਹੋ ਗਿਆ ਸੀ ਇੱਥੋਂ ਵੀ ਅਤੇ ਅੱਜ ਉਹਨਾਂ ਦਾ ਭੋਗ ਹੈਗਾ ਜੋ ਕਿ ਉਹਨਾਂ ਨੇ ਸਾਰੀ ਉਮਰ ਭਲਵਾਨੀ ਅਤੇ ਦਾਦੇ ਸਾਡੇ ਤੋਂ ਚੱਲਦੀ ਆਉਂਦੀ ਆ ਪਹਿਲਵਾਨ ਸਿਕੰਦਰ ਸਿੰਘ ਰਾਮ ਕਿਸ਼ਨ ਪਹਿਲਵਾਨ ਤਿੰਨੇ ਗੁਰ ਭਾਈ ਸੀਗੇ ਉਹਨਾਂ ਨੇ ਭਲਵਾਨੀ ਦੇ ਵਿੱਚ ਯਾਨੀ ਆਪਦਾ ਵਧੀਆ ਅਖਾੜਾ ਪਿੰਡ ਦਾ ਬਹੁਤ ਚੱਲਦਾ ਰਿਹਾ ਅਤੇ ਅਖਾੜੇ ਵਾਸਤੇ ਵੀ ਤਿੰਨਾਂ ਭਰਾਵਾਂ ਨੇ ਉਹਨਾਂ ਨੇ ਰਲ ਕੇ ਭਾਈਆਂ ਵਾਂਗੂ ਕਰਿਆ ਜੋ ਕਿ ਚਲੋ 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 ਜੋ ਕਿ ਰਾਮ ਕਿਸ਼ਨ ਪਹਿਲਵਾਨ ਉਹਨਾਂ ਨੂੰ ਸਾਲ ਕੁ ਉਹਨਾਂ ਦੀ ਪਹਿਲਾਂ ਡੈਥ ਹੋ ਗਈ ਅਤੇ ਹੁਣ ਅਚਾਨਕ ਇਹਨਾਂ ਨੂੰ ਪਹਿਲਾਂ ਤਬੀਅਤ ਖਰਾਬ ਰਹਿੰਦੀ ਕਰਕੇ ਹੁਣ ਇੱਕ ਅਟੈਕ ਹੋ ਗਿਆ ਸੀਗਾ ਜੋ ਕਿ ਅਤੇ ਪਹਿਲਵਾਨ ਸਿਕੰਦਰ ਸਿੰਘ ਜੋ ਕਿ ਹੈਗੇ ਨੇ ਆਪਣੇ ਆਰਮੀ ਦਾ ਇਸ ਟਾਈਮ ਖਾੜਾ ਚਲਾ ਰਹੇ ਨੇ ਪਹਿਲਾਂ ਇਕੱਠੇ ਚਲਾਉਂਦੇ ਜੋ ਕਿ ਇਹਨਾਂ ਭਲਵਾਨੀ ਵਿੱਚ ਪਿੰਡ ਟੂਰਨਾਮੈਂਟ ਵੀ ਬਹੁਤ ਤਕੜਾ ਕਰਾ ਰਹੇ ਨੇ ਇਹ 10 ਸਾਲਾਂ ਤੋਂ ਮੇਰੇ ਡੈਡੀ ਜੀ ਅਸੀਂ ਸਾਰੀ ਫੈਮਿਲੀ ਸਾਰਾ ਪਿੰਡ ਨਗਰ ਦੇ ਨਾਲ ਉਹਨਾਂ ਨਾਲ 10ਵੀਆਂ ਕੁਸ਼ਤੀਆਂ ਅਸੀਂ ਕਰਾਉਂਦੇ ਸੀਗੇ ਹਰ ਸਾਲ ਦੀ ਤਰ੍ਹਾਂ ਹਰ ਇੱਕ ਸਾਲ ਟੂਰਨਾਮੈਂਟ ਕਰਾਈ ਅਤੇ ਹੁਣ ਜੋ ਕਿ ਉਹਨਾਂ ਦੇ ਮੇਰੇ ਨਾਲ ਬੈਠੇ ਨੇ ਉਹਨਾਂ ਦੇ ਪੋਤੇ ਮੇਰੇ ਬੇਟੇ ਤੋਂ ਅਤੇ 3 ਲੜਕੀਆਂ ਘਰ 'ਚ ਅਸੀਂ ਫੈਮਿਲੀ ਆ ਅਤੇ ਬਾਕੀ ਹੁਣ ਡੈਰੀ ਫਾਰਮ ਪਹਿਲਾਂ ਚਲਾ ਰਹੇ ਸੀ ਹੁਣ ਵੀ ਚੱਲ ਰਿਹਾ ਡੈਰੀ ਫਾਰਮ ਦਾ ਕੰਮ ਰੁਤਬਾ ਸੀਗਾ ਠੀਕ ਜੋ ਕਿ ਗਰੀਬ ਦੇ ਲਈ ਤਾਂ ਕੋਈ ਵੀ ਕਰੇ ਜਾਂ ਸ਼ੁਰੂ ਤੋਂ ਹੀ ਰੱਬ ਨੇ ਚਲੋ ਬਹੁਤ ਵਧੀਆ ਕੰਮ ਸਾਡਾ ਸੀਗਾ ਕੋਈ ਆ ਜਾਵੇ ਕਿਸੇ ਨੂੰ ਉਹਨਾਂ ਨੇ ਜਵਾਬ ਨਹੀਂ ਦਿੱਤਾ ਦੁੱਧ ਨੂੰ ਜਾਂ ਪੈਸੇ ਨੂੰ ਜਾਂ ਕਿਸੇ ਕੁੜੀ ਦਾ ਵਿਆਹ ਹੋਵੇ ਉਹਦੇ ਵਿੱਚ ਪੂਰਾ ਆਪਣੇ ਵੱਧ ਤੋਂ ਵੱਧ ਉਹਨਾਂ ਨੇ ਆਪਦੇ ਸਹਿਯੋਗ ਪਾਇਆ ਜਿੰਨਾ ਵੀ ਦੇ ਕਰਿਆ ਉਹਨਾਂ ਨੇ ਕਿਸੇ ਨੂੰ ਐਂ ਨਹੀਂ ਸੀਗਾ ਕੋਈ ਨਾ ਕੋਈ ਦਵਾਈ ਬੂਟੀ ਵਾਲਾ ਜਾਂ ਭਲਵਾਨਾ ਨਿੱਕੀ ਪੀੜ੍ਹੀ ਦੇ ਲਈ ਉਹਨਾਂ ਦੀ ਇੰਨੀ ਸੋਚ ਸੀ ਵੀ ਹੁਣ ਖਾੜਾ ਪਿੰਡ ਅਸੀਂ ਚਲਾਉਣ ਦਾ ਸੀਗਾ ਨਿੱਕੀ ਪੀੜ੍ਹੀ ਨੂੰ ਵੀ ਨਸ਼ੇ ਪੱਤੇ ਤੋਂ ਬਚਾਉਣ ਲਈ ਭਲਵਾਨੀ ਲਈ ਬਸ ਉਹਨਾਂ ਦਾ ਸਾਰਿਆਂ ਨੂੰ ਹੁਣ ਤੋਂ ਵੱਡੇ ਤੋਂ ਜਵਾਕ ਤੋਂ ਵੱਡੇ ਤੱਕ ਉਹਨਾਂ ਦਾ ਇਹੀ ਸੇ ਸੀਗਾ ਵੀ ਬਸ ਆਪਾਂ ਸੇਵਾ ਕਰਨੀ ਹੈ ਜਿੰਨੀ ਤਨੋਂ ਮਨੋਂ ਹੋ ਜਾਵੇ ਸਿੱਧੀ ਲੈਣ ਕਿਸੇ ਦਾ ਬੱਚਾ ਧੀ ਪੁੱਤ ਪੈ ਜਾਵੇ ਤਾਂ ਇੱਦੂ ਵੱਡਾ ਕੋਈ ਦਾਨ ਨਹੀਂ ਹੈਗਾ ਬਾਕੀ ਜਿੰਨੇ ਕੋਈ ਹੋਰ ਵੀ ਆ ਕੇ ਕਰੇ ਕੋਈ ਵੀ ਕਿਸੇ ਦੀ ਲੋੜ ਸੀਗੀ ਬਸ ਰਿੱਖ ਨੂੰ ਐਂ ਨਹੀਂ ਸੀਗਾ ਵੀ ਕੋਈ ਜਵਾਕ ਐਨ ਹੱਸ ਕੇ ਕਹਿਣਾ ਵੀ ਹਾਂ ਕੋਈ ਗੱਲ ਹੀ ਨਹੀਂ ਨਾਲ ਖੜੇ ਹਾਂ ਤੇਰੀ ਚੀਜ਼ 'ਚ ਅਸੀਂ ਜੋ ਕਿ ਹੁਣ ਭਲਵਾਨ ਜਿੰਨੇ ਵੀ ਆਏ ਨੇ ਅਖਾੜੇ ਸਾਰੇ ਹੀ ਤਕਰੀਬਨ ਪੰਜਾਬ ਦੇ ਛੱਡ ਕੇ ਹਰਿਆਣੇ ਤੋਂ ਦਿੱਲੀ ਤੋਂ ਜਿਹਦੇ ਜਿਵੇਂ ਪਤਾ ਲੱਗਿਆ ਮੇਰੇ ਪਿਤਾ ਜੀ ਦਾ ਚਰਨ ਸਿੰਘ ਦਾ ਵੀ ਇੱਕ ਡੈਥ ਹੋ ਗਈ ਜਿੰਨੇ ਵੀ ਸਿਆਸਤੀ ਆਪਣੇ ਨੇ ਲੀਡਰ ਉਹਨਾਂ ਦਾ ਸਾਡੇ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਗੋਡੀ ਗੋਡੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਪਹੁੰਚਿਆਂ ਦਾ ਜੋ ਵੀ ਜਿੰਨੇ ਵੀ ਭੈਣ ਬਰੀਕ ਛੋਟਾ ਬਜ਼ੁਰਗ ਭਾਈ ਭੈਣ ਜਿੰਨੇ ਲੀਡਰ ਜਾਂ ਕੋਈ ਵੀ ਸਾਰੇ ਜਣੇ ਆ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਆਹ
ਕੁਝ ਨਹੀਂ Thank you.
ਚਲੋ ਜੀ ਬੋਲੋ ਜੀ। ਹਾਂਜੀ ਪਹਿਲਵਾਨ ਸਿਕੰਦਰ ਸਿੰਘ ਜੀ ਮੇਰਾ ਨਾਮ ਪਹਿਲਵਾਨ ਬੱਚਾ ਵਿਸ਼ਨੂੰ ਇਹ ਸੀ ਪਹਿਲਾਂ ਇਹ ਮੰਨਣਾ ਵੀ ਦਿਲੇ ਆਦਮੀ ਦੀ ਗੱਲ ਹੈ ਗੱਲ ਸਾਡੀ ਇੱਕੋ ਹੀ ਜਦ ਪਚਵੰਜਾ ਛਪੰਜਾ ਤੇ ਸਾਡੇ ਕੋਲ ਆ ਰਿਹਾ ਅਤੇ ਪਚਵੰਜਾ ਛਪੰਜਾ ਦੇ ਜੇ ਨਾਲ ਆਇਆ ਫਿਰ ਪਹਿਲਵਾਨੀ ਸਾਡੇ ਦੇ ਪਰੇ ਹੋ ਕੇ ਇੰਟਰਮੈਂਟ ਨਹੀਂ ਕਰੀਏ ਸਾਡੇ ਨਾਲ ਹੀ ਰਾਮ ਕਿਸੇ ਦਾ ਛੋਟਾ ਛੋਟਾ ਸੀਗਾ ਪੰਜ ਸੱਤ ਸਾਲ ਅਤੇ ਬਸ ਇੱਕ ਅੱਧਾ ਸਾਲ ਛੋਟਾ ਰੂਹਾਨੀ ਸੀ ਪਹਿਲਵਾਨ ਦਰਜਾ ਦਸਾਂ ਅਤੇ ਹੁਣ ਤੱਕ ਸਾਡੇ ਨਾਲ ਰਿਹਾ ਅਤੇ ਹੁਣ ਤੱਕ ਨਾਲ ਰਿਹਾ ਕੋਈ ਵੀ ਬੰਦਾ ਜਵਾਨ ਆ ਜਿਹੜੇ ਨਹੀਂ ਭੁਲਿਆ ਜੀ ਹਰ ਇੱਕ ਨਾਲ ਭੁਲਿਆ ਹਰ ਇੱਕ ਦੇ ਹਾਂਜੀ ਅਸੀਂ ਮੈਂ ਸ਼ੁਰੂ ਤੋਂ ਸਾਡੇ ਲੋਕਾਂ ਨੂੰ ਸ਼ੌਂਕ ਸੀ ਖੁਦ ਕਲਬੂਰੀਆਂ ਦਾ ਅਤੇ ਮੈਨੂੰ 13-14 ਸਾਲ ਦੀ ਉਮਰ ਦੇ ਜਗਦੇਵ ਸਿੰਘ ਜੀ ਸਾਡਾ ਮੇਰਾ ਗੁਰਤਾ ਜੀ ਉਹ ਨਾਲ ਆਲਮਗੀਰ ਦਾ ਸਾਡਾ ਘਰਾਂ ਚੁਣਿਆ ਉਹ ਨਾਲ ਮੇਰੇ ਸ਼ੁਰੂ ਪਹਿਲਾਂ ਉਹ ਨਾਲ ਮੇਰੇ ਨਾਲ ਜਗਦੇਵ ਸਿੰਘ 13-14 ਸਾਲ ਦੀ ਉਮਰ ਤੋਂ ਫਿਰ ਸਾਰੀ ਜ਼ਿੰਦਗੀ ਅਸੀਂ ਇਕੱਠੇ ਫਿਰ ਸਾਡੇ ਨਾਲ ਰਲ ਗਿਆ ਅਤੇ ਇਹ ਆਪਣਾ ਦਰਜਾ ਮਿਸ਼ਨ ਫਿਰ ਰਾਮ ਜਿੰਦਗੀ ਦਾ ਲੈਣਾ ਜਿਹਾ ਅਸੀਂ ਇੱਕ ਇੰਚ ਵੀ ਅੱਜ ਤੱਕ ਪਰੇ ਜਗਦੇਵ ਹੈ ਉਹ ਦਰਜਾ ਅਤੇ ਰਾਮ ਜਗਦੇਵ ਸਿੰਘ ਦਾ ਇੱਕ ਇੰਚ ਪਰੇ ਮਨ ਹੋਇਆ ਹੀ ਨਹੀਂ ਇੱਥੇ ਇੱਕ ਵੀ ਇੰਚ ਨਹੀਂ ਜਿਹੜਾ ਪਸੀਨਾ ਜਿਹਾ ਬਾਅਦ ਨਹੀਂ ਗਿਆ ਜਲਦੀ ਜਿਹੜੀ ਗੱਲ ਕਰਨੀ ਹੈ ਤਾਂ ਉਹ ਤਾਂ ਕਰਨਾ ਛੋਟੇ ਵਾਲੀ ਗੱਲ ਯੋਧਿਆਂ ਵਾਲੀ ਗੱਲ ਭਗਤਾਂ ਵਾਲੀ ਗੱਲ ਇਹ ਸਾਡੇ ਵਿਛੜੀ ਹੈ ਰੱਬ ਨੇ ਸਾਡੀ ਮਦਦ ਕਰੀ ਹੈ ਅਤੇ ਲੋਕਾਂ ਨੇ ਵੀ ਸਾਡਾ ਪਿਆਰ ਬਹੁਤ ਦਿੱਤਾ ਹੁਣ ਵੀ ਦਿੰਦੇ ਆ ਕਿਸੇ ਚੀਜ਼ ਦਾ ਘਾਟਾ ਨਹੀਂ ਜਿਹੜਾ ਮੁੰਡਾ ਆਖੇ ਸਾਡੇ ਲੱਗਿਆ ਉਹ ਦੋਸਤੋਂ ਬਣ ਕੇ ਗਿਆ ਜਿਹੜਾ ਮੁੰਡਾ ਆਖੇ ਲੱਗਿਆ ਉਹ ਦੋਸਤੋਂ ਬਣ ਕੇ ਗਿਆ ਪਹਿਲਾ ਨੰਬਰ ਵੀ ਸਾਡਾ ਭਾਰਤ ਦੇ ਜਿਹੜੀ ਦੂਜਾ ਸੀਗਾ ਕਈ ਵਾਰ ਤੀਜੇ ਤੀਜੇ ਨੰਬਰ ਵੀ ਸਾਡੇ ਹੋਏ ਨੇ ਭਾਰਤ ਦੇ ਅਤੇ ਬਹੁਤ ਸਾਡੇ ਮਨ 'ਚ ਵੀ ਖੁਸ਼ੀ ਹੈ ਕਿ ਉਹ ਸਮਾਜ ਨੂੰ ਜਿਹੜਾ ਇਹੀ ਹੈ ਜਿਹੜਾ ਚੰਗਾ ਕੰਮ ਕਰਨਾ ਚੰਗੀ ਗੱਲ ਕਰਨੀ ਆਪਣਾ ਮਾਹੌਲ ਦੇ ਵਿੱਚੋਂ ਮਨ ਨਿਕਲਿਆ ਹੀ ਨਹੀਂ ਪਹਿਲਵਾਨੀ ਤੋਂ ਹੋਰ ਵੀ ਖਾਣੇ ਦੀ ਸੇਵਾ ਕਰਦੇ ਆ। ਤੁਸੀਂ ਅੱਜ ਦੇ ਟਾਈਮ ਨਵੀਂ ਪਨੀਰੀ ਨੂੰ ਪੰਜਾਬ ਦੇ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਇਹ ਜਿਹੜਾ ਖਾਣਾ ਬਣਾਇਆ ਅਸੀਂ ਇਹੀ ਇਸ ਖਾਤਰ ਆਇਆ ਨਵੀਂ ਪਿੰਗੜੀ ਸਮਾਜ ਨੂੰ ਬੱਚਿਆਂ ਨੂੰ ਇਹ ਸਿਹਤ ਜਨ ਖਾਤਰ ਹੀ ਬਣਾਇਆ ਵੀ ਤਕੜੇ ਹੋ ਚੰਗੇ ਕੰਮ ਕਰਨ ਮਾੜੇ ਕੰਮ ਤੋਂ ਦੂਰ ਰਹਿਣ। ਅੱਜ ਤੱਕ ਸਾਨੂੰ ਜਿਹੜੇ ਸਾਥੀ ਨੇ ਜਗਦੇਵ ਕਦੇ ਮਨ ਤੋਂ ਪਰੇ ਨਹੀਂ ਹੋਏ ਨੇ ਉਹਨੇ ਕਹਿਣਾ ਵੀ ਸਾਡੇ ਲਈ ਦੱਸੋ ਸੇਵਾ ਅਤੇ ਵੱਧ ਤੋਂ ਵੱਧ ਸਾਡਾ ਪਿਆਰ ਕਰਦੇ ਨੇ ਤੁਹਾਨੂੰ ਮੈਂ ਦੱਸ ਨਹੀਂ ਪੈਣਾ। ਲੋਕ ਬਾਹਰੋਂ ਸਾਡੇ ਮਿੱਤਰ ਮੇਲੀ ਰਿਸ਼ਤੇਦਾਰ ਪਹਿਲਵਾਨ ਆਏ ਨੇ ਉਹਨਾਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ ਬੜੀ ਮਿਹਰਬਾਨੀ ਉਹਨਾਂ ਦੀ।
Thank you.
Thank you.
Thank you.
ਸਾਰ ਚਰਨ ਸਿੰਘ ਨਾਮੀ ਮਹਿਰਵਾਨ ਸਨ, ਸਾਰ ਸੰਤਾ ਸਿੰਘ ਦੇ ਗ੍ਰਹਿ
जन्म होया यह पांच भरा सन परिवार बंदे खेती करने परिवार के होने करके इन्हों के पिता जी ने इन्हों उस वे खेडा बनाया उस वे की खेड वो पहलवानी होंगी सी इन्हों वे भरावान वर्गे सरदार सरदार सिकंदर सिंह आर्मी के लड़का थोड़े चिर ही सरदार सिकंदर सिंह ने ऐसा तराशिया इन्ना वधिया ये अपने वक्त अनुसार पहलवानी कर लगे ये आम कहावत बन गई सी बे शामी का पिंडे को मिट्टी नहीं लगन दिता हाथ ला के मुड़े आता बहुत फुर्तीला ये पहलवान से पहलवानी के नाल इन्होंने पांच साल पंचायत के पंचायत मैंबर वजो भी नगर वासियों की सेवा की इतने खैर कोई रहा नहीं जमण मरना हुक्म है पाने आवे जाए कल मैं एक मुश्कीन साहब की किताब पढ़ रहा सी उन्हें जीवन तीन हिस्सों में वंडिया एक जन्म एक मौत एक जीवन जिहड़ा जन्म आ यह किसी के अख्तियार नहीं परमात्मा के हुक्म नाल हुंदा जे बंदे की सलाह लैके जन्म होना हुंदा तां हो सकदा गरीब गुरबिआं दे घरे कोई जन्म लैंदा ही ना हरेक कहिंदे असीं तां फलाने दे घरे जन्म लैणा मौत भी पुछ के नहीं आउंदी बंदे नूं सवासां दी पूंजी दित्ती गई आ कोई साल महीने दिन नहीं दिते गए जिन्नी चिर बंदे दे सवास हैगे आ उन्ना चिर इस संसार दे विच विचरदा जां सवासां दी पूंजी खत्म हो गई बंदा आत्मा जी है परमात्मा के लीन हो जाती है तीसरा उन्हें जीवन दिता जिहड़ा असीं जन्म तो लैके मौत दे विचकार दा समां जिउंदे हैगे आ इहदे उपर अख्तियार बंदे दा चलदा असीं किवें रहना किवें जीवन बतीत करना इस जीवन की कमाई नाल सानूं अगला जीवन मिलना यह सानूं रोज़ विचार करनी चाहिए आ अपना जीवन आ जिहड़ा गुरमत के अनुसार ढालना चाहिए खंडे बाटे का अमृत छक के जो मर्यादा हैगी मर्यादा अनुसार जीवन करना चाहिए हरेक इंसान को शाम को सौन वाले या कीर्तन सोहला पढ़ता मंजे से बह के सोचना चाहिए भी मैं की आज चंगा करिया की माड़ा करिया किड़े वालों मेरा सर सकता सी किड़ा जिहड़ा मैं चंगा नहीं कर सकिया मैं कल ना भुला करा इस चंगे असूल अपना के साडा जीवन चंगा बन सकता महाभारत की लड़ाई के बिच जो अर्जुन का पुत मारिया गया वो कृष्ण को जाके बड़ा बिलकदा तो गुरला कहना मेरे पुत को जिंदा कर कृष्ण तो आप भगवान सन कृष्ण कहना ए कर भी आ जा गड़बा पानी का तलाब भर के लै गया वो तलाब गड़बा पानी का भर के लाया भी छिट्टा मारे जिंदा होजूगा कहना कारे को जिंदा कृष्ण कहते ए कर भी जोड़ा गड़बा इन तलाब में डोह लिया वो फिर डोलन चलिया भी इन्हों की कोई कला होनी आ जदों डोल के मुड़िया कहना जी ज्यौदा करो इनू कहना ए कर जोड़ा पानी डोल के आया वो गड़बे में भर लिया पे वो कहना ऐसे किमें भरया जाऊगा पानी तो तलाब के रल गया वो तो दुबारे पै नहीं सकता वो कृष्ण ने समझा से असी सारे जिज्ञासु है कि साढ़े वास्ते मसाला है जा एक बार साड़ी आत्मा परमात्मा में लीन होगी वो वापस नहीं आती चलिया संसार को सामने जाना काम नेक करने चाहिए काम मगरों याद रहते हैं इंसान की बुनियाद थोड़ी हैगी अगले साधा को पता नहीं जिन्हें तुम चल के आए हो थोड़ा कदम कदम देखे सारे का खुट खुट धनबाद जिन्हें प्रशादा नहीं छकया प्रशादा छके चाह का लंगर तैयार है सारे चाह पी के जायो वाहेगुरू जी का खालसा वाहेगुरू जी।